ਅਤੇ ਅਸੀਂ ਬੜੇ ਸ਼ਿਸ਼ਟਾਚਾਰ ਤਰੀਕੇ ਦੇ ਨਾਲ ਇਲੈਕਸ਼ਨ ਇਹ ਲੜਨਾ ਹੈ। ਵੈਸੇ ਤਾਂ ਮੈਂ ਹਮੇਸ਼ਾ ਹੀ ਜਦੋਂ ਵੀ ਇਲੈਕਸ਼ਨ ਲੜਦਾ ਮੈਂ ਕਦੇ ਆਪਣੇ ਵਿਰੋਧੀ ਦਾ ਨਾਂ ਨਹੀਂ, ਕੋਈ ਵਿਅਕਤੀ ਵਿਸ਼ੇਸ਼ ਵੱਡਾ ਨਹੀਂ ਹੁੰਦਾ, ਪਾਰਟੀਆਂ ਵੱਡੀਆਂ ਹੁੰਦੀਆਂ। ਅਸੀਂ ਇਸ ਵਕਤ ਹੁਣ ਤੁਹਾਡੇ ਉੱਤੇ ਕਾਫੀ ਟਿੱਪਣੀ ਕਰਦੇ ਹੋਏ ਨਜ਼ਰ ਆ ਰਹੇ ਨੇ, ਉਹ ਕਹਿੰਦੇ ਨੇ ਕਿ ਬਈ ਸੁੱਤਿਆ ਸੱਪ ਹੁਣ ਜਗਾ ਦਿੱਤਾ ਹੈਗਾ ਵਾ, ਪਰ ਇਹ ਕਿਸੇ ਕੰਮ ਨਹੀਂ ਆਉਣਾ ਅਕਾਲੀਆਂ। ਜਿਹੜੇ ਕਈ ਬੋਲਣਗੇ ਉਹ ਹੁਣ ਬੋਲ ਰਹੇ ਨੇ, ਚਲੋ ਕੋਈ ਨਹੀਂ, ਉਹਨਾਂ ਨੂੰ ਉਹਨਾਂ ਦਾ ਆਪਣਾ ਮੁਬਾਰਕ, ਸਾਨੂੰ ਆਪਣਾ ਮੁਬਾਰਕ। ਜਲੰਧਰ ਲੋਕ ਸਭਾ ਚੋਣਾਂ ਦਾ ਬਿਗੁਲ ਵਜਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਜਲੰਧਰ ਲੋਕ ਸਭਾ ਉਮੀਦਵਾਰ ਮਹਿੰਦਰ ਸਿੰਘ ਕੇਪੀ ਹੋਰੀ ਸੱਚਖੰਡ ਡੇਰਾ ਬੱਲਾ ਪਹੁੰਚੇ ਹੋਏ ਨੇ। ਸਭ ਤੋਂ ਪਹਿਲਾਂ ਇਹ ਤਸਵੀਰ ਤੁਸੀਂ ਜ਼ਰੂਰ ਦੇਖੋ ਜਿਸ ਜਗ੍ਹਾ ਦੇ ਉੱਤੇ ਆ ਕੇ ਇਹਨਾਂ ਵੱਲੋਂ ਜਿਹੜਾ ਹੈ ਉਹ ਨਤਮਸਤਕ ਹੋਏ ਨੇ, ਅਤੇ ਅਮਰਿੰਦਰ ਸਿੰਘ ਕੇਪੀ ਹੋਰੀ ਸਾਡੇ ਨਾਲ ਨੇ। ਸਭ ਤੁਸੀਂ ਅੱਜ ਡੇਰਾ ਸੱਚਖੰਡ ਬੱਲਾ ਪਹੁੰਚੇ ਹੈਗੇ ਹੋ, ਪਹਿਲਾਂ ਤਾਂ ਆਸ਼ੀਰਵਾਦ ਮਿਲਿਆ ਹੈ ਉਸ ਬਾਰੇ? ਹਮੇਸ਼ਾ ਹੀ ਜਦੋਂ ਵੀ ਕੋਈ ਸ਼ੁਭ ਕੰਮ ਕਰਨਾ ਹੁੰਦਾ ਹਰ ਬੰਦੇ ਦੀ ਇਹ ਖਾਹਿਸ਼ ਹੁੰਦੀ ਹੈ ਕਿ ਮਹਾਂਪੁਰਸ਼ਾਂ ਤੋਂ ਆਸ਼ੀਰਵਾਦ ਲਿਆ ਜਾਵੇ। ਅਸੀਂ ਡੇਰਾ ਸੱਚਖੰਡ ਬੱਲਾ ਆਣ ਕੇ ਬਾਬਾ ਮਹਾਰਾਜ ਤੋਂ ਆਸ਼ੀਰਵਾਦ ਲਿਆ, ਔਰ ਹਮੇਸ਼ਾ ਹੀ ਡੇਰਾ ਬੱਲਾਂ ਦੇ ਨਾਲ ਸਾਡੀ ਆਸਥਾ ਜਿਹੜੀ ਹੈ ਬਣੀ ਰਹੀ ਹੈ। ਇਕੱਲੀ ਮੇਰੀ ਨਹੀਂ, ਮੇਰੇ ਪਿਤਾ ਜੀ, ਸਾਡੇ ਸਾਰੇ ਪਰਿਵਾਰ ਪਿੰਡਾਂ ਦੇ ਵਿੱਚੋਂ ਅਸੀਂ ਬਹੁਤ ਪੁਰਾਣੇ ਜਿਹੜੇ ਇਸ ਡੇਰੇ ਦੇ ਨਾਲ ਸੰਬੰਧਿਤ ਹਾਂ। ਇਸ ਲਈ ਮੈਂ ਸਮਝਦਾ ਕਿ ਜਿਨ੍ਹਾਂ ਦਾ ਆਸ਼ੀਰਵਾਦ ਉਹਨਾਂ ਦੇ ਬਾਬਾ ਨੇ ਆਸ਼ੀਰਵਾਦ ਦਿੱਤਾ, ਔਰ ਮੈਨੂੰ ਪੂਰੀ ਆਸ ਹੈ ਕਿ ਉਹਨਾਂ ਦਾ ਆਸ਼ੀਰਵਾਦ ਜਿਹੜਾ ਉਹ ਸਾਡੀ ਜਿਹੜੀ ਕੰਪੇਨ ਆ ਉਹਦੇ ਲਈ ਸਾਨੂੰ ਸਹਾਈ ਹੋਏਗਾ, ਔਰ ਅਸੀਂ ਉਹ ਆਪਣੀ ਕੰਪੇਨ ਦੇ ਵਿੱਚ ਕਾਮਯਾਬ ਹੋਵਾਂਗੇ। ਅੱਛਾ, ਤੁਸੀਂ ਅੱਜ ਚਰਨਜੀਤ ਸਿੰਘ ਚੰਨੀ ਹੋਰਾ ਦੇ, ਚਲਦੇ ਚਲਦੇ ਗੱਲਬਾਤ ਕਰਦੇ ਹਾਂ ਅਸੀਂ, ਚਰਨਜੀਤ ਸਿੰਘ ਚੰਨੀ ਹੋਰਾ ਦੇ ਨਾਲ ਜਿਹੜੀ ਹੈ ਉਹ ਗੱਲਬਾਤ ਹੋਈ। ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਬਈ ਤੁਸੀਂ ਕੰਪੀਟੀਸ਼ਨ ਮੰਨਦੇ ਹੈਗੇ ਹੋ ਮਹਿੰਦਰ ਸਿੰਘ ਕੇਪੀ ਹੋਰਾਂ ਨੂੰ, ਤਾਂ ਉਹ ਕਹਿੰਦੇ ਕਿ ਮੈਂ ਇਸ ਉੱਤੇ ਕਿਸੇ ਤਰੀਕੇ ਦੀ ਟਿੱਪਣੀ ਜਿਹੜੀ ਆ ਉਹ ਨਹੀਂ ਕਰਨਾ ਚਾਹੁੰਦਾ ਹੈਗਾ। ਨਹੀਂ ਦੇਖੋ, ਰਾਜਨੀਤਿਕ ਪਾਰਟੀਆਂ ਦੇ ਵਿੱਚ ਵਿਅਕਤੀ ਕੋਈ ਵੀ ਹੋਵੇ ਉਹ ਇੱਕ ਮੋਹਰਾ ਹੁੰਦਾ, ਅਤੇ ਠੀਕ ਹੈ, ਉਹ ਕਾਂਗਰਸ ਪਾਰਟੀ ਵੱਲੋਂ ਆ, ਮੈਂ ਅਕਾਲੀ ਦਲ ਵੱਲੋਂ ਆ, ਹੋਰ ਵੀ ਪਾਰਟੀਆਂ ਇਲੈਕਸ਼ਨ ਲੜ ਰਹੀਆਂ, ਅਤੇ ਅਸੀਂ ਬੜੇ ਸ਼ਿਸ਼ਟਾਚਾਰ ਤਰੀਕੇ ਦੇ ਨਾਲ ਇਲੈਕਸ਼ਨ ਇਹ ਲੜਨਾ ਹੈ। ਵੈਸੇ ਤਾਂ ਮੈਂ ਹਮੇਸ਼ਾ ਹੀ ਜਦੋਂ ਵੀ ਇਲੈਕਸ਼ਨ ਲੜਦਾ ਮੈਂ ਕਦੇ ਆਪਣੇ ਵਿਰੋਧੀ ਦਾ ਨਾਂ ਨਹੀਂ ਲਿਆ, ਕਦੇ ਉਹਨਾਂ ਨੂੰ ਇੱਦਾਂ ਨਹੀਂ, ਲੇਕਿਨ ਸਾਡਾ ਕੰਮ ਹੈ, ਅਸੀਂ ਆਪਣੀ ਜਿਹੜੀ ਵਿਚਾਰਧਾਰਾ ਹੈ ਲੋਕਾਂ ਦੇ ਸਾਹਮਣੇ ਰੱਖਣੀ ਹੈ, ਲੋਕਾਂ ਨੇ ਫੈਸਲਾ ਕਰਨਾ, ਕੋਈ ਵਿਅਕਤੀ ਵਿਸ਼ੇਸ਼ ਵੱਡਾ ਨਹੀਂ ਹੁੰਦਾ, ਪਾਰਟੀਆਂ ਵੱਡੀਆਂ ਹੁੰਦੀਆਂ, ਜਿਹੜੇ ਪਾਰਟੀਆਂ ਦੇ ਪ੍ਰੋਗਰਾਮ ਹੁੰਦੇ ਆ ਉਹ ਅਸੀਂ ਦੱਸਣੇ, ਉਹਨਾਂ ਨੇ ਆਪਣੀ ਪਾਰਟੀ ਦਾ ਦੱਸਣਾ, ਮੈਂ ਆਪਣੀ ਪਾਰਟੀ ਦਾ ਦੱਸਣਾ। ਕਾਂਗਰਸੀ ਇਸ ਵਕਤ ਹੁਣ ਤੁਹਾਡੇ ਉੱਤੇ ਕਾਫੀ ਟਿੱਪਣੀ ਕਰਦੇ ਹੋਏ ਨਜ਼ਰ ਆ ਰਹੇ ਨੇ, ਉਹ ਕਹਿੰਦੇ ਨੇ ਕਿ ਬਈ ਸੁੱਤਿਆ ਸੱਪ ਹੁਣ ਜਗਾ ਦਿੱਤਾ ਹੈਗਾ ਵਾ, ਪਰ ਇਹ ਕਿਸੇ ਕੰਮ ਨਹੀਂ ਆਉਣਾ ਅਕਾਲੀਆਂ। ਮੈਨੂੰ ਤਾਂ, ਮੈਂ ਤਾਂ ਕਿਸੇ ਦੀ ਟਿੱਪਣੀ ਹਾਲੇ ਤੱਕ ਕਿਸੇ ਨੇ ਸੁਣੀ ਨਹੀਂ, ਕੱਲ੍ਹ ਦਾ ਮੈਂ ਬਿਜ਼ੀ ਹਾਂ, ਅਤੇ ਇਸ ਕਰਕੇ ਜਿਹਨੇ, ਮੈਂ ਤਾਂ ਕੱਲ੍ਹ ਵੀ ਕਹਿ ਰਿਹਾ ਸੀਗਾ, ਮੈਂ ਕਿਹਾ ਹੁਣ ਕਈ ਬੋਲਣਗੇ, ਜਿਹੜੇ ਕਈ ਬੋਲਣਗੇ ਉਹ ਹੁਣ ਬੋਲ ਰਹੇ ਨੇ, ਚਲੋ ਕੋਈ ਨਹੀਂ, ਉਹਨਾਂ ਨੂੰ ਉਹਨਾਂ ਦਾ ਆਪਣਾ ਮੁਬਾਰਕ, ਸਾਨੂੰ ਆਪਣਾ ਮੁਬਾਰਕ। ਤੁਸੀਂ ਗੱਲ ਕਹੀ ਸੀ ਕਿ ਬਈ ਮੈਂ ਇਸ ਵਕਤ ਹੁਣ ਜਿਹੜਾ ਹੈਗਾ ਰਾਜਨੀਤਿਕ ਚੋਲਾ ਬਦਲਣਾ ਚਾਹੁੰਦਾ ਹੈਗਾ ਵਾ, ਲੱਗਦਾ ਹੈ ਕਿ ਇਸ ਚੋਲੇ ਦੇ ਵਿੱਚ ਤੁਸੀਂ ਉਮੀਦਵਾਰ ਬਣੇ ਹੋ ਅਤੇ ਜਿੱਤ ਪਾਓਗੇ, ਟੱਕਰ ਕਿਸ ਨੂੰ ਮੰਨਦੇ ਹੋ ਤੁਸੀਂ? ਦੇਖੋ ਹਾਲੇ ਬੜਾ ਅਰਲੀ ਆ ਹੁਣੀ ਕਹਿਣਾ ਟੱਕਰ, ਟੱਕਰ ਦਾ ਮਤਲਬ ਹੈ ਜਦੋਂ ਨੋਮੀਨੇਸ਼ਨ ਪੇਪਰ ਫਾਈਲ ਹੋ ਜਾਣਗੇ, ਪ੍ਰੋਪਰ ਇਲੈਕਸ਼ਨ ਸ਼ੁਰੂ ਹੋ ਜਾਏਗਾ, ਉਸ ਤੋਂ ਬਾਅਦ ਸਾਰੀ ਗੱਲ ਜਿਹੜੀ ਆ ਪਤਾ ਲੱਗੇਗੀ, ਹਾਲੇ ਇਲੈਕਸ਼ਨਾਂ ਨੂੰ ਕਿੰਨੇ ਦਿਨ ਪਏ ਆ, ਇਸ ਕਰਕੇ ਇਲੈਕਸ਼ਨਾਂ ਦੇ ਨੋਮੀਨੇਸ਼ਨ ਫਾਈਲ ਹੋ ਲੈਂਦੇ ਹੋ ਫਿਰ ਦੱਸਾਂ। ਆਖਰੀ ਸਵਾਲ, ਮੇਰਾ ਆਖਰੀ ਸਵਾਲ, ਚਰਨਜੀਤ ਸਿੰਘ ਚੰਨੀ ਹੋਰੀ ਦੇ ਤੁਸੀਂ ਪਹਿਲਾਂ ਨਾਰੇ ਲਗਾਉਂਦੇ ਰਹੇ, ਉਹਨਾਂ ਦੇ ਨਾਲ ਵੀ ਕਾਫੀ ਰਹੇ, ਹੁਣ ਉਹਨਾਂ ਦੇ ਖਿਲਾਫ ਲੜੂੰਗੇ, ਤੁਹਾਡੇ ਤੋਂ ਨਾਰੇ ਤੋਂ ਬਾਅਦ ਹੁਣ ਉਹਨਾਂ ਦੇ ਖਿਲਾਫ ਬੋਲਿਆ ਜਾਵੇਗਾ ਜਾਂ ਫਿਰ ਉਹਨਾਂ ਦੇ ਖਿਲਾਫ ਲੜ ਪਾਓਗੇ? ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਮੈਂ, ਮੇਰੀ ਆਦਤ ਹੀ ਨਹੀਂ ਕਦੇ ਆਪਣੇ ਕਿਸੇ ਦੂਸਰੇ ਉਮੀਦਵਾਰ ਦੇ ਖਿਲਾਫ ਕੋਈ ਗੱਲ ਕਰਨ ਦੀ, ਨਾ ਮੈਂ ਕਦੇ ਕੀਤੀ ਹੈ ਨਾ ਮੈਂ ਕਰਾਂਗਾ। ਸ਼ੁਕਰੀਆ ਜੀ। ਤਾਂ ਬਿਲਕੁਲ ਮਹਿੰਦਰ ਸਿੰਘ ਕੇਪੀ ਹੋਰੀ ਜਿਹੜੇ ਨੇ ਉਹ ਡੇਰਾ ਸੱਚਖੰਡ ਬੱਲਾ ਪਹੁੰਚੇ ਹੋਏ ਨੇ। ਸਭ ਤੋਂ ਪਹਿਲਾਂ ਤੁਸੀਂ ਤਸਵੀਰ ਦੇਖੋ ਜਿਸ ਜਗ੍ਹਾ ਦੇ ਉੱਤੇ ਵੱਖ ਵੱਖ ਲੀਡਰ ਜਿਹੜੇ ਨੇ ਉਹ ਪਹੁੰਚੇ ਹੋਏ ਨੇ, ਜਿਨ੍ਹਾਂ ਵੱਲੋਂ ਡੇਰੇ ਦੇ ਵਿੱਚ ਆ ਕੇ ਨਤਮਸਤਕ ਹੋਇਆ ਜਾ ਰਿਹਾ। ਹਾਲਾਂਕਿ ਕਈ ਕੈਸੇਰੀਆਂ ਜਿਹੜੀਆਂ ਨੇ ਉਹ ਲਗਾਈਆਂ ਜਾ ਰਹੀਆਂ ਨੇ ਕਿ ਬਈ ਡੇਰਾ ਸੱਚਖੰਡ ਬੱਲਾਂ ਦੇ ਵਿੱਚ
ਲੋਕ ਕਿਉਂ ਆਉਂਦੇ ਨੇ? ਖਾਸ ਕਰ ਇੱਕ ਲੋਕਾਂ ਵੱਲੋਂ ਸਵਾਲ ਹਮੇਸ਼ਾ ਇਹ ਖੜਾ ਕੀਤਾ ਜਾਂਦਾ ਹੈ ਕਿ ਡੇਰਾ ਸੱਚਖੰਡ ਬੱਲਾ ਦੇ ਵਿੱਚ ਲੋਕ ਇਸ ਲਈ ਆਉਂਦੇ ਨੇ ਕਿ ਉਹਨਾਂ ਨੂੰ ਐਸੀ ਭਾਈਚਾਰੇ ਦਾ ਸਮਰਥਨ ਮਿਲ ਸਕੇ। ਇਹ ਗੱਲਾਂ ਵੀ ਕਿਤੇ ਨਿਕਲ ਕੇ ਸਾਹਮਣੇ ਆਉਂਦੀਆਂ ਨੇ, ਪਰ ਇਸ ਵਕਤ ਅਸੀਂ ਮਹਿੰਦਰ ਸਿੰਘ ਕੇਪੀ ਹੋਰਾਂ ਦੇ ਨਾਲ ਖਾਸ ਗੱਲਬਾਤ ਕੀਤੀ ਹੈ। ਉਹਨਾਂ ਵੱਲੋਂ ਕਿਹਾ ਗਿਆ ਕਿ ਮੈਂ ਆਪਣੇ ਕਿਸੇ ਵੀ ਸਿਆਸੀ ਲੀਡਰ ਦੇ ਖਿਲਾਫ ਨਹੀਂ ਬੋਲਦਾ, ਇਹ ਮੇਰੀ ਸ਼ੁਰੂਆਤੀ ਆਦਤ ਹੈ, ਨਾ ਮੈਂ ਬੋਲਿਆ ਅਤੇ ਨਾ ਹੀ ਮੈਂ ਅੱਗੇ ਬੋਲਾਂਗਾ। ਕੈਮਰਾ ਪਰਸਨ ਪੰਕਜ ਦੇ ਨਾਲ ਰਾਜੂ ਗੁਪਤਾ, ਬਾਬੂ ਸ਼ਾਹੀ ਟਾਈਮ, ਬੱਲਾ।